ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਬੇਵਕੂਫ਼ ਚਾਏ ਵਾਲਾ ਯਾਨੀ ਕਿ ਮਹਾ ਬੇਵਕੂਫ਼ ਚਾਏ ਵਾਲਾ ਨਾਮਕ ਇੱਕ ਸ਼ਖਸ ਹੈ ਲੁਧਿਆਣੇ ਦੇ ਵਿੱਚ ਜਿਹੜਾ ਅੱਜ ਕੱਲ੍ਹ ਚਰਚਾ ਦਾ ਵਿਸ਼ੇ ਬਣਿਆ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਇਹ ਬੋਰਡ ਲੱਗਿਆ ਹੋਇਆ, ਚਾਹ ਦਾ ਕੰਮ ਕਰਦਾ, ਚਾਹ ਬਣਾਉਂਦਾ, ਔਰ ਇਹ ਉਹੀ ਸ਼ਖਸ ਹੈ ਬੇਵਕੂਫ਼ ਚਾਏ ਵਾਲਾ ਜਿਹੜਾ ਕਿ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਆਪਣਾ ਹੱਥ ਕੰਧਾ ਅਜਮਾਉਣ ਲਈ ਅੱਗੇ ਆ ਰਿਹਾ। ਕੀ ਕਾਰਨ ਹੈ ਜੀ ਤੁਸੀਂ ਅੱਜ ਹੱਥ ਕੰਧਾ ਅੜਮਾ ਰਹੇ ਹੋ? ਹਮਾਰੇ ਦੇਸ਼ ਕੇ ਅੰਦਰ ਹਮਾਰੀ ਜੋ ਸੋਚ ਹੈ ਉਹ ਬਹੁਤ ਗੰਭੀਰ ਹੈ। ਲੋਕ ਪੜ੍ਹੇ ਲਿਖੇ ਸਿੱਖਿਅਤ ਸਾਰੇ ਹੈ ਔਰ ਬੱਚੇ ਸੇ ਲੈ ਕੇ ਬੂੜੇ ਤੱਕ। ਹਮਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਪਹਿਲਾ ਕਦਮ ਉਠਾਇਆ ਨੋਟਬੰਦੀ ਕੀਆ, ਔਰ ਨੋਟਬੰਦੀ ਮੇ ਹਮਾਰੀ ਜਨਤਾ ਪਰੇਸ਼ਾਨ 50 ਦਿਨ ਹੋ ਗਈ ਔਰ ਕਹਤੇ ਰਹੇ ਕਿ ਅੱਛੇ ਦਿਨ ਆਏਗੇ, ਅੱਛੇ ਦਿਨ ਆਏਗੇ, ਅੱਛੇ ਦਿਨ ਆਏਗੇ, ਔਰ ਜੋ ਪ੍ਰਧਾਨ ਮੰਤਰੀ ਕਦਮ ਉਠਾਤਾ ਹੈ ਔਰ ਜਿਤਨਾ ਹਮਾਰਾ ਵਿਪੱਛੀ ਦਲ ਹੈ, ਅਨਯ ਪਾਰਟੀਆਂ ਨਿਰਦਲੀ ਹੈ, ਪਾਰਟੀਓ ਕੋ ਛੋੜ ਕੇ ਜੈਸੇ ਪਾਰਟੀ ਕਾਂਗਰਸ ਹੋ ਗਈ ਔਰ ਬੀਜੇਪੀ ਹੋ ਗਈ, ਦੋਨੋ ਪਾਰਟੀਆਂ ਕੇ ਬੀਚ ਮੇ ਜਨਤਾ ਹਮਾਰੀ ਜਿਤਨੀ ਹੈ ਵੋਟ ਬਾਰ ਬਾਰ ਦੇਤੀ ਹੈ ਔਰ ਕਾਮਯਾਬ ਨਹੀਂ ਹੋਤੀ। ਅਬ ਕੀ ਹਮਾਰੇ ਪਾਸ ਇੱਕ ਐਸਾ ਮੁੱਦਾ ਹੈ ਜੋ ਬੇਵਕੂਫ਼ ਚਾਏ ਵਾਲਾ ਪੂਰੇ 5 ਸਾਲ ਕੇ ਅੰਦਰ ਬੇਵਕੂਫ਼ ਬਣਾ ਹੈ, ਭਾਰਤੀ ਜਨਤਾ ਪਾਰਟੀ ਸੇ ਲੈ ਕੇ ਔਰ ਕਾਂਗਰਸ ਤੱਕ। ਆਜ ਤਲਕ ਮੇਰੀ ਸਰਕਾਰ ਮੇ ਕੋਈ ਫਾਇਦਾ ਜਨਤਾ ਕੇ ਲਾਭ ਮੇ ਨਹੀਂ ਹੁਆ। ਮਹਾ ਬੇਵਕੂਫ਼ ਬਣਾਉਣ ਵਾਲੇ ਕਾਂਗਰਸ ਪਾਰਟੀ ਔਰ ਬੀਜੇਪੀ ਪਾਰਟੀ, ਭਾਰਤੀ ਜਨਤਾ ਪਾਰਟੀ ਦੋਨੋਂ, ਔਰ ਜਿਤਨੇ ਲੀਡਰ ਹੈ ਹੱਥ ਜੋੜ ਕੇ ਬੇਨਤੀ ਹੈ, ਇਹ ਲੋਕ ਕਹਤੇ ਹੈ ਮੈਂ ਸਮਰਥਨ ਨਹੀਂ ਦੂੰਗਾ, ਸਮਰਥਨ ਨਹੀਂ ਦੂੰਗਾ, ਹਮ ਵੋਟ ਦੇਤੇ ਹੈ ਔਰ ਸਮਰਥਨ ਦੇਤੇ ਹੈ ਜਾ ਕੇ ਕਾਂਗਰਸ ਜਾਂ ਬੀਜੇਪੀ ਮੇ, ਇਨਕੇ ਪਾਸ ਪਾਵਰਫੁਲ ਕਿਉਂ ਨਹੀਂ ਤਾਕਤ ਰਹਿਤੀ ਹੈ ਕਿ ਹਮ ਆਪਣੀ ਪਾਰਟੀ ਬਣਾਏ? ਅਗਰ ਇਨਕੀ ਸਮਤਾ ਨਹੀਂ ਹੈ, ਵੋਟ ਲੈ ਲੇ ਕਾਂਗਰਸ ਸੇ ਔਰ ਬੀਜੇਪੀ ਸੇ, ਹਮਾਰੀ ਜਨਤਾ ਵੋਟ ਦੇ ਰਹੀ, ਜੋ ਨਿਰਦਲੀ ਪਾਰਟੀ ਹੈ ਬਿਨਾਂ ਪਾਰਟੀ ਨਿਰਦਲੀ, ਉਹ ਬੇਵਕੂਫ਼ ਕੋ ਮਹਾ ਬੇਵਕੂਫ਼ ਮਤ ਬਣਾਏ ਔਰ ਆਪਣੇ ਬਲ ਪੇ ਪਾਵਰ ਪੇ ਕਾਂਗਰਸ ਸਰਕਾਰ ਚੋ ਛੋੜ ਕੇ ਔਰ ਬੀਜੇਪੀ ਕੋ ਛੋੜ ਕੇ ਨਯਾ ਮੁੱਦਾ ਲੈ ਕੇ ਔਰ ਨਈ ਸਰਕਾਰ ਬਣਾ ਕੇ ਕਦਮ ਦਿਖਾਏ। ਜਨਤਾ ਸਭ ਸਾਥ ਮੇਂ ਹੈ। ਇਸ ਵਾਰ ਲੋਕ ਸਭਾ ਚੁਣਾਵ ਆ ਰਹੇ ਨੇ, ਤੁਸੀਂ ਖੜ ਰਹੇ ਹੋ, ਕੀ ਮੁੱਦੇ ਲੈ ਕੇ ਖੜੂਗੇ, ਤੁਹਾਡੇ ਕੀ ਮੁੱਦੇ ਰਹਿਣਗੇ, ਕੀ ਤੁਹਾਡਾ? ਲੋਕ ਸਭਾ ਕਾ ਚੁਣਾਵ ਮੇਰੀ ਪੂਰੀ ਮੁਰਾਦ ਹੈ, ਨਿਰਵਿਰੋਧ ਵੋਟ ਪਰੇਗਾ ਔਰ ਇਹ ਲੋਕ ਜੋ ਸਰਕਾਰ ਵੋਟ ਲੈਤੀ ਹੈ ਹਮਾਰੇ ਉੱਪਰ ਭਾਰ ਪੜਤਾ ਹੈ। ਹਮਾਰਾ ਔਨਲਾਈਨ ਬਿਜਨਸ ਹੈ, ਸਭ ਮੋਬਾਈਲ ਚਲਾ ਰਹੇ, ਮੋਬਾਈਲ ਔਰ ਵਟਸਐਪ ਸੇ ਆਪਣਾ ਆਧਾਰ ਕਾਰਡ, ਪਿਨ ਕਾਰਡ, ਮੋਬਾਈਲ ਸਾਰਾ ਪਰੂਫ ਦੇ ਕੇ ਸਾਰਾ ਵੋਟ ਔਨਲਾਈਨ ਕਰ ਦੇ ਤਾਂ ਕਿ ਹਮ ਲੋਕੋ ਕੋ ਤਕਲੀਫ ਨਾ ਹੋਏ, ਬੂਥ ਪੇ ਨਾ ਜਾਣਾ ਪਰੇ। ਅਗਰ ਤੁਸੀਂ ਲੋਕ ਸਭਾ ਚੁਣਾਵਾਂ ਦੇ ਵਿੱਚ ਆਉਂਦੇ ਹੋ, ਕੀ ਕੀ ਮੁੱਦੇ ਹੋਣਗੇ, ਕੀ ਕੀ ਤੁਹਾਡੇ ਪਹਿਲੇ ਜਿਹੜੇ ਏਜੰਡਾ ਹੋਏਗਾ, ਜਿਹੜਾ ਤੁਹਾਡਾ ਜਿਹੜਾ? ਹਮਾਰਾ ਮੁੱਦਾ ਗਰੀਬ ਬੰਦੇ ਸੇ ਵੋਟ ਲੈਣਾ ਔਰ ਉਸਕੀ ਸ਼ਮਤਾ ਦੇਣਾ, ਉਸਕੀ ਮਦਦ ਕਰਨਾ, ਹਮਾਰਾ ਯਹੀ ਮੁੱਦਾ ਹੋਗਾ। ਅਮੀਰ ਹੈ, ਅਮੀਰ ਬਿਜਨਸ ਕਰ ਰਹਾ, ਬਿਜਨਸ ਕਰਤੇ ਕਰਤੇ ਗਰੀਬ ਉਸਕੇ ਸਾਥ ਮੇਂ 100 ਬੰਦਾ ਜੁੜਾ ਹੈ ਲੇਕਿਨ ਉਸਕੋ ਤਨਖਾਹ ਨਹੀਂ ਮਿਲ ਰਹੀ, ਕਾਰੋਬਾਰ ਉਸਕਾ ਚੱਲ ਰਹਾ, ਪਾਵਰਫੁਲ ਹੈ, ਉਹ ਕਹਤਾ ਮੈਂ 400 ਕਮਾ ਰਹਾ ਹੂੰ, ਬੰਦਾ ਕਹਤਾ 200 ਰੁਪਏ ਮੇਂ ਕਾਮ ਕਰਨਾ ਹੈ, ਕਰੋ ਨਹੀਂ ਤੋ ਮੈਂ ਦੂਸਰਾ ਕਾਮ ਕਰਾ ਲੂੰਗਾ। ਸਭਸੇ ਬੜੀ ਬੇਰੋਜ਼ਗਾਰੀ ਬਹੁਤ ਤਗੜੀ ਇਹ ਦੇਸ਼ ਕੇ ਅੰਦਰ ਚੱਲ ਰਹੀ, ਗਰੀਬ ਬੰਦੇ ਕੀ ਕਹੀਂ ਪੇ ਸੁਣਵਾਈ ਨਹੀਂ, ਰੋਟੀ ਦਾਲ ਸਬਜ਼ੀ ਕਾ ਗੁਜ਼ਾਰਾ ਨਹੀਂ, ਇਤਨੀ ਮਹਿੰਗਾਈ ਲੋਕੋ ਨੇ ਕਰ ਦਿਆ ਹੈ। ਅਗਰ ਗੱਲ ਕਰੀਏ ਤੁਹਾਡੇ ਜਿਹੜੇ ਪਹਿਲੇ ਮੁੱਦੇ ਰਹਿਣਗੇ ਇਹ ਹੋ ਗਏ, ਦੂਸਰਾ ਅਗਰ ਗੱਲ ਕਰੀਏ ਉਸ ਤੋਂ ਬਾਅਦ ਤੁਹਾਡੇ ਚੋਣ ਨਿਸ਼ਾਨ ਕਿਹੜਾ ਹੋਏਗਾ ਜੀ? ਚੁਣਾਵ ਨਿਸ਼ਾਨ ਮੇਰਾ ਵੈਸੇ ਤੋ ਮੈਂ ਰੱਖਾ ਹੂੰ ਆਪਣਾ ਗਿਲਾਸ, ਗਿਲਾਸ ਹਰ ਕਾਮ ਮੇਂ ਆਏਗਾ, ਸ਼ੁਰੂ ਸੇ ਲੈ ਕੇ ਜ਼ਿੰਦਗੀ ਮੇਂ ਗਿਲਾਸ ਹੀ ਕਾਮ ਆਏਗਾ ਔਰ ਇਸਤੇਮਾਲ ਕੀਆ ਜਾਏਗਾ, ਚਾਹੇ ਪਾਣੀ ਪੀਓ, ਚਾਹੇ ਚਾਏ ਪੀਓ, ਚਾਹੇ ਦੂਧ ਪੀਓ, ਚਾਹੇ ਜੋ ਮਰਜ਼ੀ, ਹਰ ਜਗ੍ਹਾ ਹਮਾਰਾ ਗਿਲਾਸ ਹੀ ਨਿਸ਼ਾਨ ਹੈ, ਗਿਲਾਸ ਹੀ ਚਲੇਗਾ ਔਰ ਗਿਲਾਸ ਹੀ ਇਨਸਾਨ ਕੀ ਪਹਿਚਾਨ ਹੈ।
ਬਿਲਕੁਲ, ਅਗਰ ਤੁਸੀਂ ਗੱਲ ਕਰੀਏ ਤੇ ਲੋਕਾਂ ਦੇ ਜਿਸ ਤਰ੍ਹਾਂ ਅੱਜ ਕੱਲ੍ਹ ਬੜੇ ਮੁੱਦੇ ਚੱਲਦੇ ਨੇ, ਵੱਡੀਆਂ ਵੱਡੀਆਂ ਪਾਰਟੀਆਂ ਨੇ, ਕਿੱਦਾਂ ਮੁਕਾਬਲਾ ਕਰੋਗੇ ਤੁਸੀਂ? ਮੁਕਾਬਲਾ ਇੱਕ ਦੂਸਰੇ ਕੇ ਪੱਖ ਮੇ ਜਾ ਕੇ ਔਰ ਵਿਪੱਖੀ ਦਲ ਕੋ ਸਮਝਾਨਾ ਔਰ ਸਮਝਣਾ। ਹਮ ਕੋਈ ਬਾਤ ਉਠਾਤੇ ਹੈ, ਕੋਈ ਪਾਰਟੀ ਕੋਈ ਬਾਤ ਉਠਾਤੇ, ਉਸਕੇ ਪਿੱਛੇ ਲੱਗ ਜਾਤੇ। ਹਮਕੋ ਪਿੱਛੇ ਨਹੀਂ ਲੱਗਣਾ ਹੈ, ਹਮਕੋ ਉਸਕੀ ਆਗੇ ਕੀ ਬਾਤ ਪਕੜਨਾ ਹੈ, ਵੋ ਕਿਆ ਬੋਲ ਰਹਾ ਔਰ ਹਮ ਕਿਆ ਆਗੇ ਕਰਕੇ ਜਾਏਂਗੇ, ਕੈਸੇ ਉਸਸੇ ਪਾਸ ਪਾਏਂਗੇ। ਅਗਰ ਦੁਸ਼ਮਣ ਵਾਰ ਕਰ ਰਹਾ ਤੋ ਦੁਸ਼ਮਣ ਕੇ ਪਾਸ ਵਾਰ ਕਰ ਦਿਆ, ਉਸਕੇ ਲੀਏ ਕਟ ਹੋਣਾ ਚਾਹੀਏ। ਕੋਈ ਬਾਣ ਛੋੜ ਦਿਆ, ਅਭੀ ਸੱਤਾ ਕੇ ਅੰਦਰ ਉਠਾਇਆ ਕਿ ਹਨੁਮਾਨ ਜੀ ਦਲਿਦ੍ਰ ਹੈ, ਰਾਮ ਲਕਸ਼ਮਣ ਗਲਿਦ੍ਰ ਹੈ, ਇਨਕੀ ਸਾਰੀ ਦਲਿਦ੍ਰ ਉਨਕੋ ਰਾਹੁਲ ਕੋ ਬਣਾ ਦਿਆ ਰਾਮ, ਔਰ ਜੋ ਮੋਦੀ ਕੋ ਰਾਵਣ ਬਣਾ ਦਿਆ। ਇਹ ਸਰਕਾਰ ਕੀ ਰਾਜਨੀਤ ਮੁੱਦਾ ਗਲਤ ਹੈ, ਆਪਣੀ ਰਾਜਨੀਤ ਕਰੋ ਔਰ ਮੁੱਦਾ ਲੈ ਕੇ ਰਾਜਨੀਤ ਮਹਾਭਾਰਤ ਮਤ ਕਰੋ। ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਕਿ ਲੋਕ ਸਭਾ ਚੁਣਾਵ ਲੜੇ ਜਾਣ ਲੋਕਾਂ ਦੇ ਵਿੱਚ? ਤੁਸੀਂ ਨਾਮ ਰੱਖਿਆ ਬੇਵਕੂਫ ਚਾਏ ਵਾਲਾ, ਮਹਾ ਬੇਵਕੂਫ ਚਾਏ ਵਾਲਾ, ਤੁਸੀਂ ਕੀ ਸੋਚ ਕੇ ਰੱਖਿਆ ਇਹ ਬੇਵਕੂਫ ਚਾਏ ਵਾਲਾ? ਇਸ ਕਰ ਰੱਖਾ ਮੇਰੇ ਦੇਸ਼ ਕੇ ਅੰਦਰ 5 ਸਾਲ ਸੇ ਬੀਜੇਪੀ ਭਾਰਤੀ ਜਨਤਾ ਪਾਰਟੀ ਜੋ ਸਰਕਾਰ ਹੈ, ਮੁੱਦੇ ਉਠਾਇਆ ਸਭ ਕੀ ਸਭ ਬੇਵਕੂਫ ਬਣਾ, ਲੇਕਿਨ ਸਮਝ ਮੇ ਨਹੀਂ ਆਇਆ। ਔਰ ਜਿਸ ਏਰੀਆ ਸੇ ਲੀਡਰ ਜੋ ਵੀ ਨਿਕਲਤਾ ਹੈ, ਜੋ ਲੀਡਰ ਜਿਸ ਏਰੀਆ ਸੇ ਨਿਕਲਤਾ ਹੈ ਉਸ ਏਰੀਆ ਮੇ ਵੋ 5 ਸਾਲ ਤੱਕ ਉਸਕੋ ਮਹਾ ਬੇਵਕੂਫ ਜਨਤਾ ਕੋ ਬਣਾਤਾ ਹੈ ਔਰ ਜਨਤਾ ਬਣਤੀ ਹੈ। ਦੁਬਾਰਾ ਵੋਟਿੰਗ ਹੋਤੀ ਹੈ, ਫਿਰ ਵੋਟ ਲੈਣੇ ਜਾਤੇ, ਫਿਰ ਕਹਤੇ ਹਾਰ ਗਿਆ ਤੋ ਹਾਰ ਨਹੀਂ, ਹਾਰਨਾ ਹੈ ਜਨਤਾ ਕਾ ਨਾ ਕਾਮ ਕਰਨਾ। ਹੁਣ ਅਸੀਂ ਇਹਦੇ ਨਾਲ ਤੁਸੀਂ ਜਨਤਾ ਦੇਖ ਸਕਦੇ ਹੋ ਕਿੰਨੀ ਜਨਤਾ ਖੜੀ ਹੈ ਇਸ ਸਮੇਂ, ਅਸੀਂ ਉਹਨਾਂ ਤੋਂ ਵੀ ਪੁੱਛਦੇ ਹਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਨਾਲ ਖੜੇ ਹੋ ਤੁਸੀਂ ਇਸ ਵਾਰੀ ਲੋਕ ਸਭਾ ਚੁਣਾਵਾਂ ਦੇ ਵਿੱਚ? ਮੈਂ ਵੀ ਆਪਣੇ ਹੱਥ ਕੰਨੇ ਅਜਮਾ ਰਹੇ ਨੇ ਜੀ, ਕੀ ਧੰਦੇ ਵਾਲੇ ਹੋ, ਲੱਡੂ ਬੇਟੇ ਹੋ, ਬੋਲੋ ਕੀ ਕਹਿਣਾ ਚਾਹੋਗੇ? ਹਮ ਆਪਣਾ ਜੋ ਹੈ ਮਤ ਹੈ ਹਮਾਰਾ, ਹਮ ਆਪਣਾ ਮਤ ਜੋ ਹੈ ਜੋ ਹਮਾਰਾ ਜੋ ਕਾਮ ਕਰੇਗਾ ਹਮਾਰੇ ਸਾਥ ਜੁੜੇਗਾ ਉਸਕੇ ਉਸਕੋ ਮੈਂ ਆਪਣਾ ਮਤ ਕਰੂੰਗਾ। ਬਿਲਕੁਲ, ਹਮ ਬੇਵਕੂਫ ਚਾਏ ਵਾਲੇ ਕੇ ਸਾਥ ਮੇਂ ਹੈ। ਹੋਰ ਆਪਣੇ ਨਾਲ ਨੇ ਜੀ ਕੁਛ ਹੋਰ ਲੋਕ, ਅਸੀਂ ਉਹਨਾਂ ਤੋਂ ਵੀ ਜਾਣਾਂਗੇ ਜੀ, ਮਹਾ ਬੇਵਕੂਫ ਚਾਏ ਵਾਲਾ ਚੁਣਾਵਾਂ ਦੇ ਵਿੱਚ ਖੜ ਰਿਹਾ ਇਸ ਵਾਰੀ, ਤੇ ਤੁਸੀਂ ਇਹਨਾਂ ਦੀ ਮਦਦ ਕਰੋਗੇ? ਕਿਆ ਚੀਜ਼? ਚੁਣਾਵਾਂ ਦੇ ਵਿੱਚ ਖੜ ਰਿਹਾ ਜੀ, ਲੋਕ ਸਭਾ ਚੁਣਾਵਾਂ ਦੇ ਵਿੱਚ, ਹਾਂ ਕੀ ਤੁਸੀਂ ਮਦਦ ਕਰੋਗੇ ਜੀ? ਮਦਦ ਅਸੀਂ ਤੇ ਇੱਥੇ ਰਹਿੰਦੇ ਨੇ, ਡੁਗਰੀ ਰਹਿੰਦੇ ਆ, ਤੇ ਮਦਦ ਕਰੋਗੇ, ਇਸ ਦੀ ਵੋਟ ਪਾਉਂਗੇ ਤੁਸੀਂ ਇਹਨੂੰ? ਕਿਉਂ ਨਾ ਪਾਵਾਂਗੇ। ਬਸ ਜੀ, ਇਹ ਸੀ ਆਮ ਜਨਤਾ ਤੇ ਨਾਲ ਲੋਕਾਂ ਦੀ ਰਾਏ ਲਿੱਤੀ ਸੀ ਕਿ ਮਹਾ ਬੇਵਕੂਫ ਚਾਏ ਵਾਲਾ ਜਿਹੜਾ ਇਸ ਵਾਰੀ ਚੁਣਾਵਾਂ ਦੇ ਵਿੱਚ ਹੱਥ ਮਾਰਿਆ, ਤੇ ਲੋਕੀ ਵੀ ਬੜੇ ਉਤਾਵਲੇ ਹੈਗੇ ਨੇ ਇਸ ਚਾਏ ਵਾਲੇ ਨੂੰ ਕੋਲ ਆਉਂਦੇ ਨੇ, ਚਾਹ ਪੀਂਦੇ ਨੇ ਔਰ ਇਹ ਚਾਹ ਦੇ ਨਾਲ ਨਾਲ ਆਪਣਾ ਪ੍ਰਚਾਰ ਵੀ ਕਰਦਾ ਹੈ, ਤੇ ਹੁਣ ਦੇਖਣਾ ਹੈਗਾ ਕਿ ਲੋਕ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ। ਲੁਧਿਆਣਾ ਤੋਂ ਅਭਿਸ਼ੇਕ ਬਹਿਲ ਦੇ ਨਾਲ ਅਮਨਦੀਪ ਖਹਿਰਾ, ਲਿਵਿੰਗ ਇੰਡੀਆ ਨਿਊਜ਼।